ਸਸਿਕਾਹੋ ਦੋਸਤੋ ਆ ਜਿਹੜਾ ਮੈਂ ਹੁਣ ਵੀਡੀਓ ਤੁਹਾਨੂੰ ਦਿਖਾਉਣ ਲੱਗਿਆ ਤਾਂ ਵੀਡੀਓ ਦੇਖ ਕੇ ਤੁਸੀਂ ਡਰੋਗੇ ਪਰ ਨਾਲ ਨਾਲ ਇਹ ਹੈ ਵੀ ਇਹ ਦੇਖਣਾ ਵੀ ਬਹੁਤ ਜ਼ਰੂਰੀ ਹੈ ਹਾਲਾਤ ਪੰਜਾਬ ਦੇ ਕੀ ਆ ਗਏ ਨੇ ਕਿ ਆਖਰ ਅਕਸਰ ਇਸ ਤਰ੍ਹਾਂ ਦੇ ਵੀਡੀਓ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੇ ਦਿਖਦੇ ਨੇ ਪਰ ਇਹ ਜਿਹੜਾ ਵੀਡੀਓ ਤੁਹਾਨੂੰ ਹੁਣ ਮੈਂ ਦਿਖਾ ਰਿਹਾ ਸਕਰੀਨ ਤੇ ਚੱਲਣਾ ਸ਼ੁਰੂ ਹੋ ਗਿਆ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਤੁਸੀਂ ਇਹ ਦੇਖੋ ਇੱਕ ਸ਼ਖਸ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ ਬੜਾ ਬੇਖੌਫ ਹੈ ਕੋਈ ਉਹਨੂੰ ਫਿਕਰਫੰਦਾ ਨਹੀਂ ਲੱਗਦਾ ਆਸ-ਪਾਸੇ ਡਰ ਨਹੀਂ ਉਹਨੂੰ ਲੱਗ ਰਿਹਾ ਮੂੰਹ ਮੱਥਾ ਲਪੇਟਿਆ ਹੋ ਡਿਕਡੋਲ ਤੋਂ ਲੱਗਦਾ ਕਿ ਸ਼ਾਇਦ ਕੋਈ ਪ੍ਰਵਾਸੀ ਹੋਵੇ ਕਿ ਕਹਿ ਵੀ ਨਹੀਂ ਸਕਦੇ ਕਿ ਕੋਈ ਆ ਦਿਖ ਨਹੀਂ ਰਿਹਾ ਤਾਂ ਹੋ ਸਕਦਾ ਪੰਜਾਬੀ ਵੀ ਹੋਵੇ ਪਰ ਜਿਹੜੀ ਕਰਤੂਤ ਇਹ ਕਰ ਰਿਹਾ ਉਸ ਕਰਤੂਤ ਦੇ ਵਿੱਚ ਦਿਖ ਰਿਹਾ ਕਿ ਕਿਸੇ ਦੇ ਘਰੇ ਕਿਵੇਂ ਇਹ ਬੜਰ ਹੈ ਆਸ-ਪਾਸੇ ਦੇਖਦਾ ਹੈ ਆਸ-ਪਾਸੇ ਦੇਖ ਕੇ ਬੜੇ ਆਰਾਮ ਦੇ ਨਾਲ ਘਰ ਦੇ ਅੰਦਰ ਚਲਿਆ ਜਾਂਦਾ ਉਸ ਤੋਂ ਬਾਅਦ ਇਹ ਇਸ ਗੇਟ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਇਸ ਗੇਟ ਤੇ ਇੱਕ ਹਾਈ ਫਾਈ ਜਿੰਦਾ ਜਿਹੜਾ ਲੱਗਿਆ ਹੋਇਆ ਜਾਂ ਕਹਿੰਦੀ ਹੈ ਨਵੇਂ ਮਾਡਲ ਦਾ ਜਿੰਦਾ ਜਿਹਦੇ ਵਿੱਚ ਆਖਰਕਾਰ ਲਾਰਮ ਵੀ ਵੱਜ ਸਕਦਾ ਹੈ ਇਨੂੰ ਲੱਗਦਾ ਕਿ ਸ਼ਾਇਦ ਇਹਨੂੰ ਛੇੜਨਾ ਠੀਕ ਨਹੀਂ ਤਾਂ ਉਸ ਤੋਂ ਬਾਅਦ ਇਹ ਪੌੜੀਆਂ ਚੜ੍ਹ ਕੇ ਉੱਪਰ ਚਲਾ ਜਾਂਦਾ ਹੈ ਉੱਪਰ ਜਦੋਂ ਜਾਂਦਾ ਹੈ ਤਾਂ ਇਹ ਉੱਪਰ ਜਿਹੜਾ ਹੋਇਆ ਬਣਿਆ ਹੋਇਆ ਪੋਰਸ਼ਨ ਹੈ ਖਰੇ ਚ ਤਸਵੀਰਾਂ ਚ ਘੱਟ ਨਜ਼ਰ ਪੈ ਰਿਹਾ ਉੱਪਰ ਤੁਹਾਨੂੰ ਦੱਸਦਾ ਨਾ ਮੈਂ ਮੈਂ ਜੋ ਦੇਖਿਆ ਕਿ ਉਸ ਜਗ੍ਹਾ ਦੇ ਇੱਕ ਜਿਵੇਂ ਇਹ ਕਿਚਨ ਸਾਈਡ ਦੀ ਟਾਕੀ ਪਟਣ ਦੀ ਇਹ ਕੋਸ਼ਿਸ਼ ਕਰਦਾ ਹੈ ਉੱਥੇ ਵੀ ਨਾਕਾਮਜਾਬ ਹੋ ਜਾਂਦਾ ਹੈ ਜਦੋਂ ਖੜਕਾ ਸੁਣਦਾ ਹੈ ਤਾਂ نیچے ਘਰ ਦੇ ਲੋਕ ਆਖਰਕਾਰ ਆਪਦੇ ਡ੍ਰੈੰਗ ਰੂਮ ਚ ਆ ਕੇ ਦੇਖਦੇ ਨੇ ਕਿ ਸ਼ਾਇਦ ਕੋਈ ਬਾਹਰ ਲੱਗਦਾ ਹੈ ਸੀਸੀਟੀਵੀ ਕੈਮਰਾ ਸੀਗੀ ਤੇ ਉਹਨਾਂ ਨੇ ਖੋਲ ਕੇ ਦੇਖਿਆ ਤਾਂ ਉਹਨਾਂ ਨੂੰ ਇਹ ਸ਼ਖਸ ਜਿਹੜਾ ਦਿਖਾਈ ਦਿੰਦਾ ਉਸ ਤੋਂ ਬਾਅਦ ਅੰਦਰੋਂ ਜਦੋਂ ਰੋਲਾ ਪੈਂਦਾ ਤਾਂ ਤੁਸੀਂ ਦੇਖੋ ਬੜੇ ਆਰਾਮ ਦੇ ਨਾਲ ਨਿਕਲ ਕੇ ਬਾਹਰ ਭੱਜ ਜਾਂਦਾ ਹੁਣ ਗੱਲ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਆਖਰ ਕਿਸੇ ਦੀ ਵੀ ਘਰੇ ਕੋਈ ਵੱਡਣ ਵੇਲੇ ਹੁਣ ਡਰ ਨਹੀਂ ਰਿਹਾ ਨਾਲ ਗੱਲ ਇਹ ਇਹ ਅਪਰਾਧਿਕ ਜਿਹੜੀਆਂ ਜਿਸ ਤਰ੍ਹਾਂ ਦੀ ਘਟਨਾਵਾਂ ਨੇ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਆਮ ਤੌਰ ਤੇ ਜੇ ਇਹ ਜਿਹੜਾ ਸ਼ਖਸ ਫਸ ਜਾਏ ਤਾਂ ਉਹਦੀ ਛੇਤਰ ਪ੍ਰਤੀ ਚੰਗੀ ਤਰ੍ਹਾਂ ਹੋਵੇ ਪੁਲਿਸ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਹਦੇ ਬਾਅਦ ਚ ਸਜ਼ਾ ਮਿਲੇ ਪਰ ਗੱਲ ਇਹ ਵੀ ਆਖਰ ਲੋਕਾਂ ਦੇ ਤੁਸੀਂ ਹੌਸਲੇ ਦੇਖੋ ਕਿੰਨੇ ਖੁੱਲ ਗਏ ਨੇ ਹੁਣ ਇਹਦੇ ਮੱਲੋ ਮੱਲੀ ਦੇਖ ਕੇ ਗੁੱਸਾ ਚੜਦਾ ਕਿ ਆਖਰ ਜੇਕਰ ਇਹ ਫੜਿਆ ਜਾਵੇ ਇਹਦੀ ਚੰਗੀ ਅ ਛੇਤਰ ਪ੍ਰੇੜ ਹੈ ਜਿਹੜੀ ਉਹ ਹੋਵੇ ਉਸ ਤੋਂ ਬਾਅਦ ਪੁਲਿਸ ਬੁਲਾ ਕੇ ਉਹਦੇ ਹਵਾਲੇ ਕਰੇ ਕਿਉਂਕਿ ਕਿਸੇ ਦੇ ਘਰੇ ਕਿਵੇਂ ਇਹ ਵੱਢ ਰਿਹਾ ਹੈ ਅੰਦਰ ਹੋ ਸਕਦਾ ਸੀਗਾ ਕਿਤੇ ਕੋਈ ਕੱਲਾ ਵੀ ਹੁੰਦਾ ਤਾਂ ਕੀ ਜਿਹੜਾ ਇਹ ਹੱਥ 'ਚ ਸਰੀਆ ਲਈ ਫਿਰਦਾ ਹੈ ਤਾਂ ਕੀ ਇਹ ਉਹਦੇ ਮਾਰ ਵੀ ਦਿੰਦਾ ਜਾਂ ਇਹ ਸਿਰਫ ਚੋਰੀ ਕਰਨ ਆਇਆ ਸੀ ਹੁਣ ਹਾਲਾਤ ਇੱਕ ਪਾਸੇ ਤਾਂ ਇਹ ਨੇ ਕਿ ਆਖਰ ਦੇਖੋ ਤੁਸੀਂ ਅੱਗੇ ਕਹਿੰਦੇ ਹੁੰਦੇ ਸੀ ਯੂਪੀਬੀਆਰ ਬਣ ਗਿਆਕਰ ਯੂਪੀ ਦਿੱਤਾ ਹੁਣ ਉਦਾਹਰਨ ਇਹ ਜੀ ਹੈ ਕਿ ਉੱਥੇ ਯੋਗੀ ਨੇ ਯੋਗੀ ਦਿੱਤਿਆ ਨਾਥ ਨੇ ਜਿਵੇਂ ਡੰਡੇ ਨਾਲ ਇਹ ਠੀਕ ਕਰੇ ਨੇ ਹਜੇ ਘਟੀਆਂ ਗੰਦੇ ਲੋਕ ਤਾਂ ਉਹਦੇ ਵਿੱਚ ਇਹ ਗੱਲ ਕਹਿ ਸਕਦੇ ਆਂਗੇ ਕਿ ਉਧਰ ਦਾ ਉੱਥੇ ਤਾਂ ਨਹੀਂ ਇਹ ਕਹਿ ਸਕਦੇ ਵਿਹਾਰ ਦੇ ਵਿੱਚ ਕਹਿੰਦੇ ਖਸਾ ਰਾਤ ਹਜੇ ਵੀ ਇਹ ਵਾਹ ਜੇ ਮਾੜੀ ਨੇ ਕੋਈ ਨਿਤਿਸ਼ ਕੁਮਾਰ ਤੋਂ ਬਹੁਤਾ ਵਧੀਆ ਕੰਮ ਹੋਇਆ ਨਹੀਂ ਹੁਣ ਪੰਜਾਬ ਦਾ ਕੀ ਕਰੀਏ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਭੁੱਖਮਰੀ ਨਹੀਂ ਕਦੇ ਦੇਖਣ ਨੂੰ ਮਿਲੀ ਸੀ ਜਿਵੇਂ ਹਜੇ ਮਲੰਗ ਲੋਕ ਘਟਿਆ ਕਿਸੇ ਦੇ ਘਰੇ ਕੰਦਾ ਟੱਪਦੇ ਫਿਰਦੇ ਨੇ ਤੇ ਪਰ ਦੂਜੇ ਪਾਸੇ ਇਹ ਅਵੇਅਰ ਰਹਿਣ ਦੀ ਵੀ ਲੋੜ ਹੈ ਕਿ ਤੁਹਾਡੇ ਘਰ ਕਦੇ ਵੀ ਕੋਈ ਇਸ ਤਰ੍ਹਾਂ ਦਾ ਖੜਕਾ ਸੁਣੇ ਹੋ ਸਕੇ ਸੀਸੀਟੀਵੀ ਜਰੂਰ ਲਗਵਾਓ ਤਾਂ ਕਿ ਇਹ ਜੀਆਂ ਮਾੜੀਆਂ ਕਰਤੂਤਾਂ ਗੰਦੀਆਂ ਇਹ ਜੇ ਘਟਿਆ ਲੋਕਾਂ ਦੀਆਂ ਰਿਕਾਰਡ ਹੋ ਸਕਣ ਦੂਜੇ ਪਾਸੇ ਇਹ ਵੀ ਹੈ ਕਿ ਆਖਰਕਾਰ ਤੁਸੀਂ ਇਸ ਪਾਸਿਓਂ ਵੇਰ ਹੋ ਸਕਦੇ ਹੋ ਜੇਕਰ ਤੁਹਾਡੇ ਬਾਹਰ ਕੈਮਰਾ ਲੱਗਿਆ ਹੋਇਆ ਕਿਤੇ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ ਤਾਂ ਤੁਸੀਂ ਕੈਮਰਾ ਖੋਲ ਕੇ ਚੈੱਕ ਕਰ ਲਓ ਦਰਵਾਜ਼ਾ ਤਾਂ ਕਤਈ ਨਾ ਖੋਲੋ ਕਿਉਂਕਿ ਇਹ ਜੇ ਬੰਦੇ ਮਾਰਨ ਵੇਲੇ ਕਿਸੇ ਦੇ ਕੋਈ ਘੋਲ ਨਹੀਂ ਕਰਦੇ ਹੱਥ 'ਚ ਸਰੀਆ ਚੱਕੀ ਫਿਰਦਾ ਕਿਸੇ ਹੁਣ ਜਿਹੇ ਪਸ਼ਾਕਾ ਚੋਰੀ ਕਰਨੀ ਆਇਆ ਹੋਵੇ ਬਾਅਦ 'ਚ ਕਹਦੇ ਕੀਮਤ ਦਾ ਤਾਂ ਉਹ ਪੱਟਣ-ਪੁੱਟਣ ਵਾਸਤੇ ਰਾਇਆ ਸੀ ਪਰ ਜਦੋਂ ਇਹ ਜੇ ਲੋਕਾਂ ਤੇ ਪੈਂਦਾ ਹੈ ਤਾਂ ਇਹ ਭੱਜਣ ਵੇਲੇ ਵੀ ਮਿੰਟ ਨਹੀਂ ਲਾਉਂਦੇ ਤੇ ਉਸ ਸਮੇਂ ਦੇ ਦੌਰਾਨ ਬਚਣ ਵਾਸਤੇ ਖੈਰ ਬੰਦਾ ਕੋਈ ਵੀ ਕੁਝ ਵੀ ਕਰ ਦਿੰਦਾ ਤੇ ਆਮ ਤੌਰ ਤੇ ਜਿਹੜਾ ਦੇਖੀਏ ਤਾਂ ਇਹ ਜਿਹੀਆਂ ਇਹਨੂੰ ਅਵੇਅਰ ਹੋਣ ਦੀ ਲੋੜ ਹੈ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਬਹੁਤ ਸਾਰੇ ਲੋਕ ਘਰੇ ਇਕੱਲੇ ਵੀ ਰਹਿੰਦੇ ਹੋਣੇ ਆ ਤਾਂ ਇਹੇ ਲੋਕਾਂ ਦੀ ਮਾੜੀ ਕਰਤੂਤ ਹੈ ਜਿਹੜੀ ਉਹ ਪਤਾ ਲੱਗ ਸਕੇ ਤਾਂ ਨਾਲ ਨਾਲ ਇੱਕ ਇਹ ਵੀ ਗੱਲ ਹੈ ਕਿ ਆਖਰ ਹਾਲਾਤ ਕੀ ਬਣ ਗਏ ਨੇ ਯਾਰ ਕਿ ਕੋਈ ਵੀ ਕਿਸੇ ਦੇ ਘਰੇ ਕਿਵੇਂ ਇਹ ਬੜ ਰਿਹਾ ਚੋਰੀਆਂ ਪਹਿਲਾਂ ਵੀ ਹੁੰਦੀਆਂ ਨੇ ਪਰ ਜਿਹੜੀ ਬੇਖੋਫੀ ਇਸ ਬੰਦੇ ਦੇ ਨਜ਼ਰ ਪੈ ਰਹੀ ਆ ਲੱਗਦਾ ਤਾਂ ਇਹ ਵੀ ਪਹਿਲਾਂ ਵੀ ਕਿਤੇ ਕਰੀਆਂ ਹੋਣੀਆਂ ਇਹਨੇ ਮੜਗੀਆਂ ਕਰਤੂਤਾਂ ਪਰ ਦੂਜੇ ਪਾਸੇ ਇਹ ਹੈ ਕਿ ਆਖਰਕਾਰ ਪੁਲਿਸ ਨੂੰ ਹੁਣ ਠੀਕ ਹੈ ਪੁਲਿਸ ਦੇ ਕੋਲ ਨਫਰੀ ਘਟਾ ਸੰਸਾਧਨ ਘਟ ਹੋ ਸਕਦੇ ਨੇ ਪਰ ਥੋੜਾ ਜਿਹਾ ਤਾਂ ਯਾਰ ਸੁਚੇਤ ਰਹਿਣਾ ਪਊਗਾ ਹੁਣ ਜੇ ਕੱਲੀ ਪੁਲਿਸ ਇਹ ਗੱਲ ਕਹਿ ਕੇ ਸਾਰ ਦੇ ਵੀ ਸਾਡੇ ਕੋਲ ਸੰਸਾਧਨ ਘਟ ਨੇ ਹਰੇਕ ਥਾਂ 'ਤੇ ਨਹੀਂ ਪਹੁੰਚ ਸਕਦੇ ਪਰ ਥੋੜਾ ਜਿਹਾ ਅਵੇਅਰਨੈਸ ਖੁਦ ਨੂੰ ਤਾਂ ਜ਼ਰੂਰੀ ਆ ਪੁਲਿਸ ਨੂੰ ਵੀ ਅਵੇਅਰ ਹੋਣਾ ਪਊਗਾ ਨਹੀਂ ਫਿਰ ਇਹ ਜਿਹੀਆਂ ਘਟਨਾਵਾਂ ਕਈ ਵਾਰ ਛੋਟੀ-ਮੋਟੀ ਚੋਰੀ ਦੀ ਘਟਨਾ ਕਿੰਨੀ ਵੱਡੀ ਵ ਤਾਂ ਉਹਦੇ ਆਪਣੇ ਆਪਣੇ ਵਿੱਚ ਸੋਚਿਆ ਜਾ ਸਕਦਾ ਤਾਂ ਲੋੜ ਹੈ ਕਿ ਇਹ ਜੇ ਮੜਿਆ ਕਰਤੂਤਾਂ ਦੇ ਲੋਕ ਪਹਿਲਾਂ ਤਾਂ ਜਿੱਥੇ ਫੌਜ ਨੇ ਇਹਨਾਂ ਦੀ ਛਾਤਰਪ੍ਰੇੜ ਕਰੇ ਚੰਗੀ ਤਰ੍ਹਾਂ ਕਿਉਂਕਿ ਇਹ ਜੇ ਲੋਕ ਤੇ ਕੋਈ ਜੇ ਕਿਹਾ ਜਾਵੇ ਉਹਨਾਂ ਨਹੀਂ ਅਸੀਂ ਕੋਈ ਸੰਫਤੀ ਜਿਦਾ ਸਕਦੇ ਪਰ ਹਾਂ ਪੁਲਿਸ ਨੂੰ ਦਵੇ ਤੇ ਫਿਰ ਉਦੋਂ ਬਾਅਦ ਦੇ ਵਿੱਚ ਇਹ ਵੀ ਇੱਕ ਨੱਦਾ ਪਰਚਾ ਇਹ ਜੇ ਤੇ ਠੋਕੇ ਚੰਗੀ ਤਰ੍ਹਾਂ ਤਾਂ ਉਦੋਂ ਬਾਅਦ ਚ ਜਵੰਤ ਕਰਾਉਣ ਵਾਲਾ ਕੋਈ ਹੋਵੇ ਨਾ ਤਾਂ ਫਿਰ ਲੱਗਦਾ ਵੀ ਥੋੜਾ ਜਿਹਾ ਇਹ ਡਰਨਗੇ ਜ਼ਰੂਰ ਪਰ ਹਾਂ ਅਵੇਅਰ ਰਹਿਣ ਦੀ ਇਸ ਵੀਡੀਓ ਤੇ ਸਭ ਤੋਂ ਵੱਡੀ ਲੋੜ ਹੈ ਕਿ ਇੱਥੇ ਤੱਕ ਸ਼ਾਇਦ ਕੋਈ ਜਾਨੀ ਮਾਲੀ ਨੁਕਸਾਨ ਕੁਝ ਵੀ ਨਹੀਂ ਹੋਇਆ ਪਰ ਹੋ ਸਕਦਾ ਸੀ ਬਹੁਤ ਵੱਡੀ ਵਾਰਦਾਤ ਹੋ ਜਾਂਦੀ ਇਹ ਵੀਡੀਓ ਤੁਹਾਨੂੰ ਦੱਸਦਾ ਮੈਂ ਇਹ ਵੀਡੀਓ ਹੈਗਾ ਮੁਹਾਲੀ ਦਾ ਏਰੀਆ ਪੈ ਜਾਂਦਾ ਮੁਹਾਲੀ ਡਿਸਟ੍ਰਿਕਟ ਹੈ ਦੰਨੇ ਆ ਖਰੜ ਦੇ ਗੋਲੇ ਬਿਲਕੁਲ ਇਹ ਪੈਂਦਾ ਸਨੀ ਇਨਕਲੇਵ ਇਹ ਸਨੀ ਇਨਕਲੇਵ ਦਾ ਵੀਡੀਓ ਹੈ ਜਿੱਥੇ ਦਾ ਹਾਈ ਫਾਈ ਪੌਸ਼ ਏਰੀਆ ਤੇ ਹਾਲਾਂਕਿ ਲੋਕਾਂ ਦੇ ਸਕਿਉਰਿਟੀ ਸਿਸਟਮ ਬਹੁਤ ਲੱਗੇ ਨੇ ਪਰ ਇਹ ਜੇ ਮਲੰਗ ਸਮਝਦੇ ਨਹੀਂ ਹੈਗੇ ਵੀ ਫਸੋਂਗੇ ਅੱਡ ਪੱਲੇ ਕੁਝ ਪੈਣਾ ਨਹੀਂ ਸੀਸੀਟੀਵੀ ਚ ਫੋਟੋ ਅੱਡ ਤੁਸੀਂ ਕੈਪਚਰ ਕਰਾ ਜੇ ਨੇ ਮੂੰਹ ਮੱਥਾ ਜਾ ਬਣ ਕੇ ਜੇਕਰ ਕੁਦਰਤੀ ਫਸ ਗਈ ਪਰ ਮੂੰ ਮਥੇ ਬੰਨਦਾ ਲੋਟ ਨਹੀਂ ਹੋਣਾ ਪਛਾਣ ਤੁਹਾਡੀ ਹੋਈ ਜਾਣੀ ਹੈ ਤੇ ਤੁਹਾਡੇ ਤੇ ਜਿਹੜਾ ਤੁਸੀਂ ਫਸੋਗੇ ਉਹਦਾ ਵੱਖਰੇ ਤੌਰ ਤੇ ਪਰ ਵੇਰ ਰਹਿਣ ਦੀ ਲੋੜ ਹੈ ਇਹ ਜੇ ਘਟਿਆ ਲੋਕ ਕੋਈ ਵੀ ਕਾਰਾ ਕਈ ਵਾਰ ਕਰ ਜਾਂਦੇ ਨੇ ਜਿੱਤੋਂ ਹਰ ਘਰ ਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਧੰਨਵਾਦ